समाज सेवी संस्था है जो सेहत सेवावां दे नाल मुख तौर पर अखां दे कैंप जिहड़े आ उह लाउंदी आ रही है। 2005 तो हुण तक इसने 360 कैंप लाए आ जिहदे विच 2,06,000 मरीज जिहड़े आ उहनां नूं चैकअप कीता, 1,22,000 नूं नज़र दीआं ऐंकां दित्तीआं ਅਤੇ ਕੋਈ 22,500 ਮਰੀਜ਼ਾਂ ਦੇ ਓਪਰੇਸ਼ਨ ਕੀਤੇ। ਇਸ ਸਾਲ 65 ਕੈਂਪ ਜਿਹੜੇ ਆ ਉਹ ਲਾਏ ਜਾ ਰਹੇ ਆ। ਅੱਜ ਇਹ ਦੂਸਰਾ ਕੈਂਪ ਤੁਹਾਡੇ ਪਿੰਡ ਨਾਈ ਬਜ਼ਾਰਾਂ ਦੇ ਵਿੱਚ ਲੱਗ ਰਿਹਾ, ਸੋ ਅਸੀਂ ਧੰਨਵਾਦੀ ਹਾਂ। ਕੋਈ ਨਾ ਵੇ ਤੀਰਥ ਕੋਈ ਹੱਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓੜੇ ਮੀਲ, ਕੋਈ ਸੁਪੇਦ ਸੁਪੇਦ ਕਰੀ।
ਅੱਜ ਕੈਂਪ ਲੱਗਾ ਜੀ, ਲੰਬੜਦਾਰ ਗੁਰਦੇਵ ਸਿੰਘ ਨੇ ਲਾਇਆ ਜੀ। ਉਹਨਾਂ ਦਾ ਲੜਕਾ ਅਮਰੀਕਾ ਰਹਿੰਦਾ ਜੀ, ਉਹ ਅਮਰੀਕਾ ਤੋਂ ਹੁਣ ਆਇਆ ਪਿੱਛੇ। ਅੱਜ ਦਾ ਦਿਨ ਇਹਨਾਂ ਨਾਲ ਨੀਅਤ ਕਰਕੇ ਇਹ ਕੈਂਪ ਆਰੰਭ ਹੋਇਆ। ਆ ਮੇਰੇ ਵੀ ਐਨਕਾਂ ਨਵੀਆਂ ਲੱਗੀਆਂ, ਇਹ ਲੈਂਚ ਲੱਗਾ, ਇਹ ਕੱਖ ਮੇਰੀ ਖਰਾਬ ਸੀਗੀ, ਹੁਣ ਐਨਕ ਦੇ ਨਾਲ ਦਿਖਦਾ ਵੀ ਹੈ ਅਤੇ ਦਵਾਈ ਵੀ ਦਿੱਤੀ ਗਈ ਜੀ ਮੈਨੂੰ। ਨਹੀਂ ਜੀ, ਕੋਈ ਪੈਸਾ ਨਹੀਂ ਜੀ, ਫਰੀ। ਬਹੁਤ ਫਾਇਦਾ ਜੀ, ਇਹਨਾਂ ਬੜਾ ਫਾਇਦਾ ਕਰਿਆ, ਜਿਹੜਾ ਅੰਨਿਆਂ ਨੂੰ ਅੱਖਾਂ ਮਿਲ ਜਾਣੀਆਂ, ਹੋਰ ਕਿਆ ਚਾਹੀਦਾ। ਇਹ ਸਭ ਤੋਂ ਬੜਾ ਉਪਰਾਲਾ ਜੀ ਗੁਰਦੇਵ ਸਿੰਘ ਹੋਣਾ ਦਾ, ਉਹਦੇ ਲੜਕੇ ਦਾ, ਜਿਹਨਾਂ ਨੇ ਇੱਧਰਲੇ ਪਾਸੇ ਨੂੰ ਪੈਸੇ ਲਾਏ, ਨਾਲ ਲੰਗਰ ਵੀ ਚਲਾ ਰਿਹਾ ਹੈ, ਚਾਹ ਪਾਣੀ ਵੀ ਪਿਲਾ ਰਿਹਾ ਹੈ, ਸਾਰੇ ਕੰਮ ਸੰਪੂਰਨ ਕਰ ਰਿਹਾ। ਜਿਹੜੀ ਡਾਕਟਰ ਸਾਹਿਬਾਨਾਂ ਦੀ ਟੀਮ ਆਈ ਹੈ ਉਹ ਬਹੁਤ ਵਧੀਆ ਆਈ ਹੈ। ਇੱਦਾਂ ਸਾਡੇ ਵਰਗੇ ਲੰਗੜਿਆਂ ਲੂਲਿਆਂ ਨੂੰ ਫੜ ਕੇ ਪ੍ਰੇਮ ਦੇ ਨਾਲ ਲਿਜਾ ਕਰਕੇ ਸਾਰਾ ਇੰਤਜ਼ਾਮ ਕੀਤਾ ਉੱਥੇ। ਉਹਨਾਂ ਡਾਕਟਰ ਸਾਹਿਬ ਨੇ ਬੜੇ ਪ੍ਰੇਮ ਨਾਲ ਦੇਖਿਆ, ਐਨਕਾਂ ਲਿਖ ਕੇ ਦਿੱਤੀਆਂ, ਦਵਾਈ ਦਿੱਤੀ ਹੈ, ਅਤੇ ਬਹੁਤ ਮਿਹਰਬਾਨੀ, ਬੜਾ ਧੰਨਵਾਦ ਸਾਰੀ ਟੀਮ ਦਾ ਜੀ, ਜਿੰਨੇ ਵੀ ਇੱਥੇ ਸੱਜਣ ਆਏ ਆ, ਜਿਨ੍ਹਾਂ ਨੇ ਇਹਨਾਂ ਨੂੰ ਸਾਨੂੰ ਸੰਭਾਲਿਆ, ਦੇਖਣਾ ਕੀਤਾ। ਡਾਕਟਰ ਸਾਹਿਬਾਨਾਂ ਦਾ ਅਤਿ ਧੰਨਵਾਦ ਆ, ਇਹਨਾਂ ਸਾਰਿਆਂ ਮੁੰਡਿਆਂ ਦਾ ਜਿੰਨੇ ਵੀ ਆਏ ਆ, ਉਹਨਾਂ ਦੇ ਅਸੀਂ ਅਤਿ ਧੰਨਵਾਦ ਦੀ ਹਾਂ ਜਿਨ੍ਹਾਂ ਨੇ। ਦਵਾਈ ਮਿਲੀ ਆ ਤਾਂ ਐਨਕ ਲੱਗੀ ਆ, ਆਹੋ ਦਾ ਹੈਗਾ ਠੀਕ ਆ, ਹੁਣ ਟਿਕ ਕੇ ਪਤਾ ਲੱਗੂਗਾ। ਹੁਣ ਤਾਂ ਐਨਕ ਲਾਈ ਉਹਦਾ ਠੀਕ ਆ, ਹੁਣ ਦੀਦਾ ਆ